ਇਹ ਕਲੱਬ ਭਾਈ ਵਧੀਆ ਨਹੀਂ ਸਕੈਮਰਸ ਦਾ ਹੈ ਬੋਡਗਾ ਚੱਲ ਰਹੀ ਹੈ ਅੱਜ ਰਸ਼ੀਅਨ ਲੋਕਲ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤਾਂ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਬਾਕੂ ਦੀ ਨਾਈਟ ਲਾਈਫ ਤੇ ਵਿਦੀਨਾ ਇਹ ਸਾਰੇ ਭਾਈ ਸਾਹਿਬ ਨੇ ਕਜ਼ਾਕਿਸਤਾਨ ਤੋਂ ਇਹ ਦੋ ਬੰਦੇ ਸਾਡੇ ਨਾਲ ਹੋਰ ਜੁਆਇਨ ਹੋ ਗਏ ਮੈਂ ਐਕਸਪੈਕਟ ਨਹੀਂ ਕੀਤਾ ਸੀ ਕਿ ਇੱਕ ਇਸਲਾਮਿਕ ਦੇਸ਼ 'ਚ ਇੰਨੀ ਬੋਲਡ ਵਾਇਬ੍ਰੈਂਟ ਤੇ ਕਲਰਫੁਲ ਨਾਈਟ ਲਾਈਫ ਹੋਊਗੀ ਔਰ ਇਹ ਕਾਫੀ ਸਕੈਮ ਵੀ ਹੁੰਦੇ ਆ ਕਲੱਬਾਂ 'ਚ ਬਾਰਾਂ 'ਚ ਉਹ ਵੀ ਤੁਹਾਨੂੰ ਦੱਸੂੰਗਾ ਡੰਗਾਈ 'ਚ ਜਾ ਕੇ ਤਾਂ ਆਪਾਂ ਆ ਗਏ ਨਿਜ਼ਾਮੀ ਸਟਰੀਟ ਤੇ ਤਾਂ ਪਿੱਛੇ ਤੋਂ ਸ਼ੁਰੂ ਹੋ ਜਾਂਦੀ ਹੈ ਤਾਂ ਨਿਜ਼ਾਮੀ ਸਟਰੀਟ ਦਾ ਬਾਈ ਜੰਨਤ ਹੀ ਹੈ ਅਜ਼ਰਬਾਈਜਾਨ 'ਚ ਵੀ ਅਰਬ ਵਾਲੇ ਕਾਫੀ ਆਉਂਦੇ ਆ ਹਨਾ ਅਰਬੀ ਕਿਉਂਕਿ ਉਰੇ ਪੂਰੀ ਬੋਲਡ ਨਾਈਟ ਲਾਈਫ ਹੈ ਇੱਥੇ ਓਪਨ ਡਰਿੰਕਿੰਗ ਕਲਚਰ ਹੈ ਤਾਂ ਉਹ ਉੱਧਰ ਐਲਕੋਹਲ ਐਲਕੂਹਲ ਔਖਾ ਹੀ ਮਿਲਦਾ ਤਾਂ ਕਰਕੇ ਨਜ਼ਾਰੇ ਲੈਣ ਆਉਂਦੇ ਆ ਸਾਰੇ ਅਰਬੀ ਵਾਧੂ ਮਿਲਣਗੇ ਤੁਹਾਨੂੰ ਉਰੇ ਇੱਥੇ ਤੁਹਾਨੂੰ ਕਾਫੀ ਰੈਸਟੋਰੈਂਟ ਵੀ ਮਿਲ ਜਾਣਗੇ ਜ਼ਿਆਦਾਤਰ ਉਰੇ ਰੈਸਟੋਰੈਂਟ ਪਾਕਿਸਤਾਨੀ ਨੇ ਅਤੇ ਨਾਮ ਇਹਨਾਂ ਦਾ ਇੰਡੀਅਨ ਹੈ ਇੱਥੇ ਬਹੁਤ ਸਿਕਿਉਰਿਟੀ ਹੈ ਬਹੁਤ ਜ਼ਿਆਦਾ ਪੁਲਿਸ ਹੈ ਅਤੇ ਦੇਖੋ ਉਰੇ ਕਿਸੇ ਵੀ ਜਿਹੜੀ ਸ਼ੋਪ ਹੈ ਹਨਾ ਕਿਸੇ ਵੀ ਸ਼ਟਰ ਨਹੀਂ ਲੱਗਿਆ ਸਾਰੀ ਓਪਨ ਨੇ ਬਸ ਸ਼ੀਸ਼ਾ ਲੋਕ ਕਰਕੇ ਜਾਂਦੇ ਆ ਰਾਤ ਨੂੰ ਆਪਣੇ ਦਾ ਮਾਰ ਮਾਰ ਕੇ ਪੱਥਰ ਮਾਰ ਸਾਰਾ ਕੁਝ ਤੋੜ ਕੇ ਲੈ ਜਾਂਦੇ ਆ ਕੀ ਤਾਲੇ ਸ਼ੀਸ਼ਿਆਂ ਨੇ ਤਾਂ ਖੜਨਾ ਹੀ ਕੀ ਸੀ ਟਾਇਲਸ ਦਾ ਡਿਜ਼ਾਈਨ ਨਮੂਨਾ ਦੇਖੋ ਵੀ ਕਿੰਨਾ ਪਿਆਰਾ ਹੈ ਬੜੇ ਔਰਗਨਾਈਜ਼ਡ ਤਰੀਕੇ ਨਾਲ ਲਾਈਆਂ ਹੋਈਆਂ ਨੇ ਦੁਕਾਨਾਂ ਵੀ ਉਰੇ ਅਤੇ ਟਾਇਲਾਂ ਵੀ ਕਹਿੰਦੀਆਂ ਨੇ ਸਾਡੇ ਨਾਲ ਰੂਬਰੂ ਗੱਲਾਂ ਬਾਤਾਂ ਕਰੋ ਅਤੇ ਪੂਰਾ ਅੱਡੀ ਕਰਸਾ ਕੇ ਦਰੋ ਚੱਕ ਕੇ ਨਹੀਂ ਕਿਉਂਕਿ ਬੜੇ ਗੰਦੇ ਆ ਮੈਂ ਤੁਹਾਡੇ ਵਾਲੇ ਨੇ ਵੀਜ਼ਾ ਨਹੀਂ ਦਿੱਤਾ ਪਰ ਵਧੀਆ ਬੰਦਾ ਏ ਤਾਂ ਇਹ ਇੱਧਰਲਾ ਤਾਂ ਆਈਟੀ ਸੈਕਟਰ 'ਚ ਕੰਮ ਕਰਦਾ ਸੀ ਤਾਂ ਪਹਿਲਾਂ ਅਸੀਂ ਬਾਹਰ 'ਚ ਜਾਵਾਂਗੇ ਉੱਥੇ ਬੈਠਾਂਗੇ ਮਾਹੌਲ ਦੇਖਾਂਗੇ ਫਿਰ ਕਲੱਬ ਦੇਖਾਂਗੇ ਇੱਕ ਸਕੈਮ ਤਾਂ ਤੁਹਾਨੂੰ ਮੈਂ ਰਸ਼ੀਆ 'ਚ ਦੱਸਿਆ ਸੀ ਉਹ ਹੀ ਸਕੈਮ ਉਰੇ ਹੁੰਦਾ ਪਰ ਉਰੇ ਉਹ ਵੱਡੇ ਪੱਧਰ 'ਤੇ ਹੁੰਦਾ ਤਾਂ ਕਲੱਬ 'ਚ ਜੇ ਤੁਸੀਂ ਐਂਟਰ ਹੋਵੋਗੇ ਆਲੇ ਦੁਆਲੇ ਆ ਕੇ ਕੁੜੀਆਂ ਬਹਿ ਜਾਣਗੀਆਂ ਹਨ ਅਤੇ ਤੁਹਾਡੇ ਨਾਲ ਗੱਲਾਂ 'ਚ ਤੁਹਾਨੂੰ ਫਸਲਾ ਲੈਣਗੀਆਂ ਅਤੇ ਉਹ ਤੋਂ ਬਾਅਦ ਮਿੰਟ 'ਚ ਤੁਹਾਡੇ ਆਲੇ ਦੁਆਲੇ ਡਰਿੰਕਾਂ ਸਰਵ ਕਰ ਦੇਣਗੇ ਅਤੇ ਜਦੋਂ ਤੁਸੀਂ ਬਾਹਰ ਜਾਓਗੇ ਤਾਂ ਤੁਹਾਨੂੰ ਕਹਿਣਗੇ ਬਿੱਲ ਪੇ ਕਰੋ ਤਾਂ ਉਹ ਚੀਜ਼ਾਂ ਤੁਸੀਂ ਪੀਤੀਆਂ ਹੀ ਨਹੀਂ ਹਨਾ ਕਿਉਂਕਿ ਤੁਹਾਡੇ ਟੇਬਲ 'ਤੇ ਹੋਊਗਾ ਸਾਰਾ ਕੁਛ ਤਾਂ ਇਹ ਸਕੈਮ ਬਹੁਤ ਚੱਲਦਾ ਵੀ ਕਲੱਬਾਂ 'ਚ ਕੁੜੀਆਂ ਕਾੜੀਆਂ ਤਾਂ ਮੈਂ ਮੋਹ ਮਾਇਆ 'ਚ ਤੁਸੀਂ ਪੈਣਾ ਹੀ ਨਹੀਂ ਸਿਰਫ ਜਾਣਾ ਹੈ ਤਾਂ ਯਾਰ ਸਕੈਮ ਸਕੂਮ ਸਰਚ ਕਰਕੇ ਹੀ ਜਾਣਾ ਸਾਰੀਆਂ ਕੰਟਰੀਆਂ 'ਚ ਮੈਂ ਤਾਂ ਡੰਗਾਈ ਜੀ ਸਰਚ ਕਰਕੇ ਜਾਂਦਾ ਵੀ ਮੈਂ ਪਹਿਲਾਂ ਸਕੈਮ ਹੀ ਸਰਚ ਕਰਦਾ ਹਰ ਦੇਸ਼ 'ਚ ਜਾਣ ਤੋਂ ਪਹਿਲਾਂ ਵੀ ਉਰੇ ਕਿਹੜੇ ਕਿਹੜੇ ਸਕੈਮ ਹੁੰਦੇ ਆ ਤਾਂ ਇਹ ਨਿਜ਼ਾਮੀ ਸਟਰੀਟ ਦਾ ਵੀ ਸੈਂਟਰ ਆ ਗਿਆ ਜਿੱਥੋਂ ਮੈਂ ਉਦੋਂ ਸਿਮ ਖਰੀਦੀ ਸੀ ਤਾਂ ਉਰੇ ਆ ਕੇ ਵੀ ਗਲੀ ਬਹੁਤ ਜ਼ਿਆਦਾ ਚੌੜੀ ਹੋ ਜਾਂਦੀ ਹੈ ਵਾਓ ਅਤੇ ਉਰੇ ਤੁਹਾਨੂੰ ਫੈਸ਼ਨ ਦੇ ਜਲਵੇ ਵੀ ਦੇਖਣ ਨੂੰ ਮਿਲਣਗੇ ਭਾਂਤ ਭਾਂਤ ਦੇ ਨਜ਼ਾਰੇ ਭਾਂਤ ਭਾਂਤ ਦਾ ਅਸੀਂ ਰਾਹ ਭੜਕ ਗਏ ਸੀ ਮੈਪ ਤੋਂ ਦੂਜੀ ਸਾਈਡ ਚਲੇ ਗਏ ਸੀ ਤਾਂ ਵਦੀਨਾ ਨੇ ਮੈਨੂੰ ਦੱਸਿਆ ਕਿਉਂਕਿ ਤੁਰਕੀ ਘੁੰਮੀ ਸੀ ਵੀ ਤੁਰਕੀ 'ਚ ਬਹੁਤ ਸਕੈਮ ਨੇ ਐਂਡ ਹੈਵ ਯੂ ਐਵਰ ਸਕੈਮਡ ਇਨ ਤੁਰਕੀ ਮੈਨੂੰ ਬਹੁਤ ਸਾਰੇ ਸਕੈਮਾਂ ਬਾਰੇ ਦੱਸਿਆ ਵੀ ਉਰੇ ਆਹ ਹੁੰਦੇ ਆ ਕਹਿੰਦੀ ਤੈਨੂੰ ਬੜਾ ਆਉਂਦਾ ਮੈਂ ਪੂਰਾ ਡੰਗਾਈ ਚੀਜ਼ ਸਰਚ ਕਰਕੇ ਆਈਦਾ ਜਿਵੇਂ ਰੈਸਟੋਰੈਂਟ ਹੈ ਵੀ ਦਿੱਲੀ ਦਰਬਾਰ ਇਹ ਦਿੱਲੀ ਵਾਲਿਆਂ ਦਾ ਨਹੀਂ ਹੈ ਬਈ ਪਾਕਿਸਤਾਨੀ ਭਰਾਵਾਂ ਦਾ ਹੈ ਇਹ ਪਾਕਿਸਤਾਨੀਆਂ ਨੂੰ ਵੀ ਨਹੀਂ ਬਖਸ਼ਦੇ ਔਰ ਇਹ ਵੀ ਆ ਮੋਜੋ ਬਾਰ ਇਹ ਵੀ ਵਧੀਆ ਦੱਸੀ ਹੈ ਦੇਖਾਂਗੇ ਇਹਨੂੰ ਟਰਾਈ ਕਰਕੇ ਦੇਖੋ ਉਰੇ ਲੋਕ ਬਾਹਰ ਖੜ ਕੇ ਹੀ ਪੀ ਰਹੇ ਆ ਵੀ ਕੰਪਾਸ ਬਾਰ ਬਾਹਰ ਖੜ ਕੇ ਪੀ ਸਕਦੇ ਹੋ ਤੁਸੀਂ ਆਹ ਬਾਰ ਹੈ ਵੀ ਕੋਸਮੋ ਅੰਦਰ ਤੋਂ ਬਈ ਇਹਨਾਂ ਕੋਲ ਥਾਂ ਨਹੀਂ ਹੈਗੀ ਟੇਬਲ ਨਹੀਂ ਹੈਗਾ ਤਾਂ ਯਾਰ ਇਹਨਾਂ ਨੇ ਪੀਣੀ ਹੈ ਬਈ ਵਾਈਨ ਵੂਨ ਅਤੇ ਸਾਰੀਆਂ ਬਾਰਾਂ ਫੁੱਲ ਨੇ ਅਤੇ ਸਾਨੂੰ ਜਾਣ ਵੀ ਨਹੀਂ ਦਿੱਤਾ ਵੀ ਇੱਕ ਕੁੜੀ ਹੈ ਤੁਹਾਡੇ ਨਾਲ ਤੁਸੀਂ ਤਿੰਨ ਮੁੰਡੇ ਹੋ ਮੈਂ ਕੋਈ ਚੱਕਰ ਨਹੀਂ ਹੁਣ ਅਸੀਂ ਚੱਲੇ ਹਾਂ ਸਟੋਰ ਜੂਸ ਜਾਸ ਲੈਂਦੇ ਇਹਨਾਂ ਨੇ ਵਾਈਨ ਵੂਨ ਲੈਣੀ ਹੈ ਪਤਾ ਨਹੀਂ ਬੀਅਰ ਬੂਰ ਆਹ ਵੀ ਯਾਰ ਕੁਛ ਕੌਰਨ ਦਾ ਬਣਾਉਂਦੇ ਆ ਦੇਖੋ ਬੋਇਲ ਕਰਕੇ ਤਾਂ ਸਟੋਰ 'ਚੋਂ ਸਮਾਨ ਖਰੀਦ ਲਿਆ ਆਪਾਂ ਸਮੁੰਦਰ ਵਾਲੀ ਸਾਈਡ ਜਾਂਦੇ ਹਾਂ ਅਤੇ ਇਹ ਜਿਹੜੀ ਗਲੀ ਹੈ ਸਮੁੰਦਰ ਵਾਲੇ ਪਾਸੇ ਹੀ ਮੁੱਕਦੀ ਹੈ ਦੇਖੋ ਸਾਰੇ ਲੋਕ ਪੱਬਾਂ ਭਰ ਹੋਏ ਪਏ ਆ ਦਿਨ 'ਚ ਉਰੇ ਆਇਆ ਸੀ ਮੈਂ ਕੱਲ੍ਹ ਤਾਂ ਦੇਖੋ ਉਰੇ ਅਸੀਂ ਕੌਫੀ ਪੀ ਕੇ ਗਏ ਸੀ ਹਨਾ ਫਰੈਂਡਸ ਕੈਫੇ 'ਚ ਤਾਂ ਉਦੋਂ ਜਮ੍ਹਾਂ ਭੀੜ ਨਹੀਂ ਸੀ ਹੁਣ ਦੇਖ ਲਓ ਬਈ ਇੱਕ ਦੋ ਕਲੱਬ 'ਚ ਗਿਆ ਸੀ ਮੈਂ ਉਹ ਕਾਰਡ ਵੀ ਅਸੈਪਟ ਨਹੀਂ ਕਰਦੇ ਸਿਰਫ ਕੈਸ਼ ਮੰਗਦੇ ਆ ਹੁਣ ਬੰਦਾ ਕਿੰਨਾ ਕੁ ਕੈਸ਼ ਕੈਰੀ ਕਰਕੇ ਘੁੰਮੂਗਾ ਬਈ ਇੱਕ ਤਾਂ ਪੈਸੇ ਨਿਕਲਣ ਦਾ ਡਰ ਵੀ ਰਹਿੰਦਾ ਚੋਰੀ ਚੌਕੀ ਨਾ ਹੋ ਜੇ ਕਿਉਂਕਿ ਬੰਦਾ ਜਿੰਨਾ ਮਰਜ਼ੀ ਕੌਨਸ਼ੀਅਸ ਰਹੇ ਹਨ ਕਈ ਵਾਰੀ ਧੋਖਾ ਲੱਗ ਜਾਂਦਾ ਹੈ ਨਾ ਉਲਝਿਆ ਹੁੰਦਾ ਤਾਂ ਉਹ
जान के कैश कहते हैं क्योंकि कई बार ना वो स्कैम कर लेंगे फिर बंदा कह दिंदा भी मेरा तो कार्ड चल नहीं रहा जां रोंग पिन भर दिंदा ताई करके कहिंदे वी असीं कैश ही लैणा है सारा कुछ। आ साइड ते भी देखो यार काफ़ी सिटिंग एरिया ऐसे थां थां ते छोटे छोटे भी दुकान होंदे ने इत्थों तुसीं लेज़ वगैरह भी लै सकदे हो भाई साहब खड़ा है पॉपकॉर्न भी ने पैकिंग वाले। लो भी चैस का कॉम्पीटिशन चल रहा लाइव और अक्सर चलता देखो किड्डी किड्डी चैस खेलते हैं पूरा भी लिफाफा चक लए ते गल्लां बातां करदे आ रहे हैं भाई साहब दा तजाकिस्तान च बिजनेस है महा मैं मिलन आऊँगा। लो भी बोर्ड का चल रही है अज रशियन लोकल भाई मैं अलकोहल प्रमोट नहीं करता तो कदे कदे ट्राई कर लेना चाहिए। ओके ओके नो नो कोक बोर्ड का इज विदाउट कोक ट्राई कर लेनी चाहिए यार कदे कदे हर देश की भी किवें दा टेस्ट है पर रशियन बोर्ड का है ये बड़ी फेमस है हम दिखा भी दें। पिछले हफ्ते भी इमेजन ड्रैगन का कंसर्ट सी ये बहुत बड़ा बैंड है भाई देखो ये टिकट सी $100 एक बंदे की भाई साहब है ता भी 30,000 लोग सी कंसर्ट च ते बहुत मायने रखता है ना तो अलग अलग देशों चो लोग आए थे देखने उरे बहुत भीड़ सी स्टेडियम च होया सी हुण अपने वाले कह दिंदे आ कलाकार दे खाड़े च इन्ने लोग सी है ना एम प्रडिक्शन करनी उह गलत हुंदी है असली कलाकार का पता जो टिकटां विकदियां ने ना भी किन्ने लोगों ने खरीद के उन्हें देखे उदों सही सही काउंटिंग हुंदी है ना तो चाहे 20,00,000 गपौट मारी जाइए फायदा नहीं हुंदा। आ बंदा भी इंडिया तो देखण आया सी ते पायलट सी अपने भारत दा ही है वाओ मी आ गया भाई यार बह के काफ़ी गल्लां बातें कीतियां मैं डर गया यार थोड़ा जा ये देखो है नज़ारे बहुत ज्यादा तेज मी आ गया यार आर यू ओके यू फील कोल्ड अभी बनी कुछ भाई काफी मी आ गया ये नहीं हटते तुरनो यार नज़ारे ले रहे हैं मी च देखो भाई लोग भज्जे जा रहे हैं इधर सामने जोड़ा फन कर रहे मी च देखो भाई स्पेनिश सॉन्ग है मशहूर Let's go। ता जड़ी भी शकीरा कुड़ी कलाकार नहीं है तगड़ी ओ भाई कोलंबिया दी है पर उनू स्पेनिश आंदी है ता बड़ी मशहूर है स्पेन च भी मी आण तो बाद भी रौनक नहीं घटी यार होर भी देखो है माहौल सारियां टेल्स ते पानी फिर गया ता मेरी आवाज भी बौंदल गई थोड़ी थोड़ी ओदा कारण थानू पता ही है। हुण असीं जा रहे हां भी क्लब वल ता ओके माहौल क्लब चो एक स्कैम हुंदा है ता मतलब पहला कह देणगे कम 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 टेबल ते बह जाओ कहणगे फ्री है हना ते उदों बाद जदों तुसीं ने खा पी लिया फिर कहणगे टेबल दा बिल भी ऐड कर देणगे 200-300 मन्नत कि टेबल पेड सी ता जाण तों पहला पुछ लियो भी टेबल फ्री है या पेड है पहला खोलियां गल्लां चंगियां रहिंदियां ने बाद च नहीं बंदा पछताउंदा ही है। जिहड़ा ये क्लब है ना भी ये स्कैमरस नाल भरिया है इह च कदे ना जाइयो नाइट ऑफिस च स्पेन वाली सैट हो गई भाई आर यू ओके सैट हो गए तुसीं सैट हो गए यू मीन फॉर एवरी इंडियन पीपल जिमी जिमी हाजा सिंग स्पेनिश सॉन्ग कुत्ते लेके घूम रही ने भी रात नू सैर करा रही ने लो भाई हुण चलने क्लब च शहरी मान का गाना है ना डग्गी खोल के पैग लाने उरे भी कार दे उपर ही चल रहा देखो माहौल रात का जमा धुएं वांगू जिंदगी उड रही है हवा च हाँ हेलो एक क्लब भाई वधिया नहीं स्कैमरस दा है असि यार एक क्लब च गए सी स्कैमरां दा पर है कहंदे ऐ हना फोटोआं नहीं खिचणियां ओह नहीं करना वो नहीं करना ऐ आ गए मैनू घेर लिया ओह दा मैं बचा लिया जिहड़ियां तुसीं देख रहे हो या 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 ओरे बच गए स्कैमर ने सारे ठीक है ही मेक ए वीडियो आई सॉ दिस लाइज फॉर यू ऑल पंजाब पीपल ਇਹ ਵਧੀਆ ਹੈ ਬਈ ਇਹ ਗੁਰਪ੍ਰੀਤ ਭਾਜੀ ਲੁਧਿਆਣੇ ਵਾਲੇ ਉਰੇ ਆਏ ਸੀ ਬਾਖੂ ਉਹਨਾਂ ਦੀ ਵੀਡੀਓ ਦੇਖੀ ਸੀ ਮੈਂ ਯਾ ਇਟਸ ਗੁੱਡ ਪੌਣਾ 1 ਵਜ ਗਿਆ ਵੀ ਰਾਤ ਦਾ ਇਹ ਗਲੀ ਖਾਲੀ ਹੋ ਗਈ ਅਸੀਂ ਕਲੱਬ 12 ਵਜੇ ਲੱਭਦੇ ਹੀ ਫਿਰ ਰਹੇ ਹਾਂ ਕਿੱਥੇ ਜਾਣਾ
ਕੁੜੀ ਤੇ ਮੁੰਡਾ ਬਾਹਰ ਆ ਰਹੇ ਸੀ ਉਹ ਚੋਂ ਕਲੱਬ ਦੇ ਚੋਂ ਅਸੀਂ ਪੁੱਛਿਆ ਵੀ ਇਹ ਕਲੱਬ ਹੈ ਕਹਿੰਦੀ ਹਾਂ ਯਾਰ ਦਿਸ ਇਜ਼ ਕਲੱਬ ਐਕਚੁਅਲੀ ਉੱਥੇ ਕੰਮ ਕਰ ਰਹੇ ਸੀ ਉਹ ਸਕੈਮਰ ਸੀ ਇਹ ਕਹਿੰਦੇ ਵੀ ਗੁਸਲਖਾਨਾ ਵਧੀਆ ਨਹੀਂ ਸੀ ਉਹਨਾਂ ਦਾ ਇੱਥੇ ਆਏ ਯਾਰ ਅਸੀਂ ਆ ਕਮਰਾ ਹੈ ਪ੍ਰਾਈਵੇਟ ਸਿਟਿੰਗ ਹੈ ਇੱਥੇ ਤੁਸੀਂ ਬੈਠਣਾ ਹੈ ਇੱਕ ਘੰਟਾ ਫਰੀ ਹੈ ਤੇ ਪਰਸੋਂ ਨੂੰ ਜਿਹੜਾ ਆਰਡਰ ਹੈ 40 ਮਨ ਦਾ ਕਰਨਾ ਪਊਗਾ ਲਗਭਗ 2000 ਦਾ ਸਾਰਿਆਂ ਨੂੰ ਮਿਲ ਕੇ ਤਾਂ ਇੱਥੇ 2 ਘੰਟੇ ਸਿਟਿੰਗ ਫਰੀ ਹੈ ਜੇ 2 ਘੰਟੇ ਤੋਂ ਜ਼ਿਆਦਾ ਬੈਠਣਾ ਹੈ ਤਾਂ ਹਰ ਘੰਟੇ ਦੇ ਲੱਗਣਗੇ 510 ਮਨ ਵਧੀਆ ਹੈ ਠੀਕ ਹੈ ਪ੍ਰਾਈਵੇਟ ਸਿਟਿੰਗ ਉਰੇ ਗਾਣੇ ਗੁਣੇ ਸੁਣ ਸਕਦੇ ਹੋ ਗਾ ਸਕਦੇ ਹੋ ਕਲੱਬ ਨਾਲੋਂ ਵੈਸੇ ਘੈਂਟ ਚੀਜ਼ ਹੈ ਮਾਈਕ ਜੇ ਦੇ ਇਹਨਾਂ ਨੇ ਉਰੇ ਬਹਿ ਕੇ ਗਾ ਸਕਦੇ ਹੋ ਪੂਰਾ ਸਿਸਟਮ ਲੱਗਿਆ ਹੈ ਦੇਖੋ ਆਹ ਪੂਰਾ ਆਡੀਓ ਸਿਸਟਮ ਲੱਗਿਆ ਹੈ ਆ ਗਈ ਸੋਨ ਭਰੀ ਸਪੇਨ ਦੀ ਸੋਨ ਭਰੀ ਆ ਗਈ ਜੀਵੀ ਜੀਵੀ ਆ ਜਾ ਜਾ ਇਹ ਦੇਖ ਕਹਿੰਦਾ ਕੁਛ ਮੰਗਾਓ ਵੀ ਮੰਗਾਓ ਮੰਗਾਉਂਦੇ ਆ ਬਈ ਪੀਜ਼ਾ ਮੰਗਾਇਆ ਇੱਕ ਆਹ ਆਰਡਰ ਕੀਤਾ ਇੱਕ ਉਹ ਆਰਡਰ ਕੀਤਾ ਖਾ ਰਹੇ ਹਾਂ ਤੇ ਸੇਮ ਬੀਫ ਚਲਾਇਆ ਮੂਸੇ ਵਾਲੇ ਦਾ ਕਿਉਂਕਿ ਅੰਗਰੇਜ਼ੀ ਅੰਗਰੂਜੀ ਬਹੁਤ ਸੋਹਣੇ ਨਾਲੇ ਤਾਂ ਮੇਰੇ ਹਿਸਾਬ ਚ ਨੇ ਮੈਂ ਮੇਰੇ ਵਾਲਾ ਸੁਣਾਉਂਦਾ ਤੁਹਾਨੂੰ ਗਾਣਾ ਦਾਕੇ ਨੀ ਪਿੰਡ ਦੇ ਹਾਨਣੇ ਚੱਕ ਲੈਣਗੇ ਹੱਥਾਂ ਨੂੰ ਥੁੱਕ ਲਾ ਕੇ ਨੀ ਮੁੰਡੇ ਪਿੰਡ ਦੇ ਹਾਨਣੇ ਸੂਲੀ ਉੱਤੇ ਝਾੜਦਾ ਕਲੱਬ ਨਾਲੋਂ ਵਧੀਆ ਲੱਗਿਆ ਯਾਰ ਉਰੇ ਜਦੋਂ ਅਸੀਂ 4-5 ਦੋਸਤੋਂ ਪ੍ਰਾਈਵੇਟ ਸੀਟਿੰਗ ਹੈ ਇਹਨਾਂ ਨੇ ਕੋਈ ਜ਼ਿਆਦਾ 7-4 ਦੇ ਕੀਤੇ ਜਿੰਨੇ ਦਾ ਪੀਜ਼ਾ ਸੀ 16 ਮੰਨ ਦਾ 2 ਪੀਜ਼ੇ ਆਰਡਰ ਕੀਤੇ ਸਾਡਾ ਬਿੱਲ ਬਣਿਆ 64 ਮੰਨ ਇਹ ਨਾਮ ਹੈ ਵੀ ਇਹਦਾ ਮੇਨ ਜਿਹੜੀ ਨਿਜ਼ਾਮੀ ਸਟਰੀਟ ਹੈ ਉਹਦੇ ਅੰਦਰ ਜੀ ਆ ਕੇ ਉਰੇ ਤੁਸੀਂ ਜ਼ਰੂਰ ਵਿਜ਼ਿਟ ਕਰੀਓ 2 ਘੰਟੇ ਨੱਚੇ ਯਾਰ ਗਾਹ ਬਾਤ ਆ ਹੁਣ ਇਹਨਾਂ ਵਾਲੇ ਗਾਣੇ ਤਾਂ ਮੇਰੇ ਘੱਟ ਹੀ ਦਿਮਾਗ 'ਚ ਬੜੇ ਕੰਪਰੋਮਾਈਜ਼ ਕਰਨਾ ਪੈਂਦਾ ਯਾਰ ਹੁਣ ਆਪਦੀ ਗੱਲ ਆਪਾਂ ਥੋਪ ਨਹੀਂ ਸਕਦੇ ਵੀ ਆਪਾਂ ਪੰਜਾਬੀ ਗਾਣੇ ਚੱਲਣ ਦੇ ਕਿਉਂਕਿ ਹੁਣ ਇਹਨਾਂ ਨੂੰ ਅੰਗਰੇਜ਼ੀ ਪਸੰਦ ਨੇ ਹਨਾ 3 ਜਣੇ ਸੀ ਤਾਂ ਮੈਨੂੰ ਐਡਜਸਟ ਕਰਨਾ ਪਿਆ ਮੈਂ ਆਪਣੇ ਵਾਲੇ ਨਾ ਥੋੜ੍ਹਾ ਮੈਚੋਰਟੀ ਹੁੰਦੀ ਹੈ ਦੇਖੋ ਹੁਣ ਸੀਟ ਜੀ ਖਾਲੀ ਹੋ ਗਈ ਹੁਣ ਕਹਿੰਦੇ ਬਈ ਇਹ ਕਲੱਬ 'ਚ ਫੇਰ ਜਾਣਾ ਹੈ ਇਹ ਸਪੇਨ ਵਾਲੀ ਮੋਹਤਰਮਾ ਹੀ ਨਹੀਂ ਮਾਣ ਉੱਥੋਂ ਦਾ ਬੰਦਾ ਸਾਨੂੰ ਦੂਜੇ ਕਲੱਬ 'ਚ ਲੈ ਗਿਆ ਯਾਰ ਦੇਖਦੇ ਹਾਂ ਉੱਥੋਂ ਦਾ ਮਾਹੌਲ ਵੀ ਇੱਥੇ ਸਾਰੇ ਕਲੱਬ ਨਾ ਵੀ ਹੇਠ ਆਉਂਦੇ ਆ ਬੇਸਮੈਂਟ 'ਚ ਇੱਥੇ ਆਈ ਸੀ ਵੀ ਇਹਦੇ ਅੰਦਰ ਸਿਰਫ ਕੁੜੀਆਂ ਨੱਚ ਰਹੀਆਂ ਨੇ ਅਤੇ ਦੇਖ ਰਹੇ ਲੋਕ ਜਿਵੇਂ ਦੁਬਈ 'ਚ ਹੁੰਦਾ ਨਾ ਉਹ ਸ਼ੋਅ ਸ਼ਾਮ ਨੂੰ ਉਰੇ ਸਾਰਾ ਸਿਸਟਮ ਸਕੈਮਰ ਦਾ ਯਾਰ ਹੈ ਨਾ ਐਂ ਮੈਨੂੰ ਇਹਦੇ ਅੰਦਰ ਜਾ ਕੇ ਤਾਂ ਐਂ ਲੱਗਿਆ ਜਿਵੇਂ ਡਿਜ਼ਰਟ ਸਫਾਰੀ ਹੁੰਦੀ ਹੈ ਨਾ ਦੁਬਈ 'ਚ ਪਰ ਨੱਚ ਰਹੀਆਂ ਸੀ ਕੁੜੀਆਂ ਜਿਵੇਂ ਪ੍ਰਾਈਵੇਟ ਪਾਰਟੀ ਹੁੰਦੀ ਹੈ ਬੈਠੇ ਦੇਖ ਰਹੇ ਸੀ ਉਹ ਕਹਿ ਕੇ ਲਏ ਸੀ ਕਿ ਕਲੱਬ ਹੈ ਠੀਕ ਹੈ ਯਾਰ ਇੰਨਾ ਕੁਛ ਹੈ ਨਹੀਂ ਮੈਨੂੰ ਨਾਈਟ ਲਾਈਫ 'ਚ ਪਰ ਅਸੀਂ ਨੇ ਵਧੀਆ ਬਈ ਨੱਚੇ ਟੱਪੇ ਵਧੀਆ ਇੰਜੋਏ ਕੀਤਾ ਉੱਥੇ ਤਾਂ ਉਹ ਵਧੀਆ ਆਪੇ ਗਾਣੇ ਗੁਣੇ ਜੇ ਗਾਓ ਆਪੇ ਨਜ਼ਾਰੇ ਲਓ ਬਸ ਆ ਜਾਓ 3 ਵੱਜ ਗਏ ਰਾਤ ਦੇ ਤਾਂ ਇਹ ਵੀਡੀਓ ਇੱਥੇ ਤੱਕ ਸੀ ਜੇ ਵਧੀਆ ਲੱਗੀ ਲਾਈਕ ਕਰੀਓ ਸ਼ੇਅਰ ਕਰੀਓ ਜੇ ਨਵੇਂ ਨੂੰ ਸਬਸਕ੍ਰਾਈਬ ਕਰੀਓ